ਕਿ 12-13 ਸਾਲ ਸੰਗਰੂਰ 'ਚ ਕੰਮ ਕੀਤਾ, ਟੀਚਾ ਬਣ ਕੇ ਕੀਤਾ, ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ। ਜ਼ੋਰਦਾਰ ਤਰੀਕੇ ਨਾਲ ਇਸ ਇਲਾਕੇ ਦੇ ਜਿਨ ਨਾਲ ਜੁੜੀਆਂ ਹੋਈਆਂ ਜੋ ਸਮੱਸਿਆਵਾਂ ਹੈ ਉਹਨਾਂ ਦਾ ਹੱਲ ਕਰਾਂਗੇ, ਟੀਚਾ ਬਣ ਕੇ ਕੰਮ ਕਰਾਂਗੇ, ਪਾਰਲੀਮੈਂਟ 'ਚ ਆਵਾਜ਼ ਚੱਕਾਂਗੇ, ਔਰ ਉਸ ਦੇ ਨਾਲ ਨਾਲ ਜੋ ਭਾਰਤ ਸਰਕਾਰ ਦੇ ਅਦਾਰੇ ਹੈ ਉਹਨਾਂ 'ਚੋਂ ਜੋ ਪੈਸਾ ਆ ਸਕਦਾ ਹੋਊਗਾ ਉਹਨੂੰ ਲੈ ਕੇ ਆਵਾਂਗੇ। ਇਸੇ ਕਰਕੇ ਮੈਂ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ, ਕਾਂਗਰਸ ਪਾਰਟੀ ਤੋਂ ਦਾ ਚੋਣ ਮੈਨੀਫੈਸਟੋ ਵੀ ਹੈ, ਅਤੇ ਜਿਹੜੀਆਂ ਸਮੱਸਿਆਵਾਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਨਾਲ ਜੁੜੀਆਂ, ਜਿੰਨੀਆਂ ਮੇਰੇ ਧਿਆਨ 'ਚ ਆਈਆਂ ਮੈਂ ਉਹਨਾਂ ਨੂੰ ਲਿਖਿਆ, 15-20 ਦਿਨ ਮੈਂ ਇਹਦੇ ਉੱਪਰ ਕੰਮ ਕੀਤਾ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਸੁਝਾਅ ਆਉਣਗੇ ਲੋਕਾਂ ਦੇ ਉਹਨਾਂ ਨੂੰ ਵੀ ਉਹਨਾਂ ਦੇ ਉੱਪਰ ਵੀ ਕੰਮ ਕਰੂੰਗਾ, ਪਰ ਮੁੱਖ ਤੌਰ ਦੇ ਉੱਪਰ ਮੈਂ ਇਹ ਵਾਲੇ ਸਾਰੇ ਜਿਹੜੇ ਏਜੰਡਾਜ਼ ਹੈ ਉਹਨਾਂ ਦੇ ਉੱਪਰ ਮੈਂ ਫਾਈਟ ਕਰੂੰਗਾ ਤਾਂ ਕਿ ਇਸ ਇਲਾਕੇ ਦੇ ਲੋਕਾਂ ਦੀ ਜੋ ਤਕਲੀਫ ਹੈ ਉਹ ਹੱਲ ਹੋ ਸਕੇ। ਪ੍ਰੋਜੈਕਟ ਆਲਰੇਡੀ ਜੇ ਤੁਸੀਂ ਦੇਖਿਆ ਹੋਵੇ ਤਾਂ ਉਹ ਪ੍ਰੋਜੈਕਟ ਆਲਰੇਡੀ ਉਹਦਾ ਫਾਊਂਡੇਸ਼ਨ ਸਟੋਨ ਗਡਕਰੀ ਸਾਹਿਬ ਨੇ ਰੱਖਿਆ ਸੀ ਅਤੇ ਚੰਦੂ ਮਾਜਰਾ ਜੀ ਨੇ ਨਾਲ ਰੱਖ ਕੇ ਰਖਾਇਆ ਸੀ, ਅਤੇ ਮੈਂ ਵੀ ਉਸ ਪ੍ਰੋਗਰਾਮ ਦੇ ਵਿੱਚ ਗਿਆ ਸੀ ਕਿਉਂਕਿ ਮੈਂ PWD ਮਿਨਿਸਟਰ ਸੀ ਪੰਜਾਬ ਦਾ। ਲੇਕਿਨ ਜਦੋਂ ਵੀ ਤੁਸੀਂ ਕਦੇ ਜਗ੍ਹਾ 'ਤੇ ਨੈਸ਼ਨਲ ਹਾਈਵੇ ਬਣਨਾ ਹੁੰਦਾ ਤਾਂ ਉਹਦੀ ਜ਼ਮੀਨ ਆਲਰੇਡੀ ਤੁਸੀਂ ਨੈਸ਼ਨਲ ਹਾਈਵੇ ਨੂੰ ਕੰਸੈਂਟ ਦੇ ਦਿੰਦੇ ਹੋ, ਅਤੇ ਉਦੋਂ ਬਾਅਦ ਨਹੀਂ ਬਣਦੀ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਕੋਲ ਨਹੀਂ ਰਹਿੰਦੀ, ਬਿਕੋਜ਼ ਉਹ ਆਲਰੇਡੀ ਪ੍ਰੋਜੈਕਟ ਗਵਰਨਮੈਂਟ ਆਫ ਇੰਡੀਆ ਕੋਲ ਚਲੇ ਜਾਂਦਾ। ਤੋ ਜੋ ਵੀ ਪਹਿਲਾਂ ਉਹਦੇ 'ਚ ਕਮੀ ਰਹੀ ਆ ਜੋ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਹੈ ਆਪਾਂ ਦੱਬ ਕੇ ਉਹਦੇ ਵਾਸਤੇ ਲੜਾਈ ਲੜਾਂਗੇ, ਉਹਨੂੰ ਬਣਾ ਕੇ ਦਿਆਂਗੇ। ਲੱਗਦਾ ਯਾਰ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ, ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਇੱਕ ਤਰਫੀ ਗੱਲ ਹੋਣੀ। ਦੇਖੋ ਅੱਜ ਸਾਰੀ ਪਾਰਟੀ ਇਕੱਠੀ ਹੋ ਕੇ ਚੋਣ ਲੜ ਰਹੀ ਹੈ ਔਰ ਸਾਰੇ ਲੋਕ ਆਪਣਾ ਪਾਰਟੀ ਵਾਸਤੇ ਕੰਮ ਕਰ ਰਹੇ ਹੈ। ਜਿਹੜੀ ਕੋਈ ਗੱਲਬਾਤ ਇਹਨਾਂ ਦੇ ਆਪਸ ਵਿੱਚ ਸੀਗੀ ਆਉਣ ਵਾਲੇ ਸਮੇਂ 'ਚ, ਜੇ ਪਹਿਲਾਂ ਗੋਲਡੀ ਜੀ ਪਾਰਟੀ, ਗੋਲਡੀ ਜੀ ਨੇ ਹੁਣੀ ਜੁਆਇਨ ਕੀਤੀ ਸੀ ਆਪਣੇ ਚੋਣਾਂ ਤੋਂ ਪਹਿਲਾਂ, ਜਦੋਂ ਮੈਨੂੰ ਹਲੇ ਟਿਕਟ ਨਹੀਂ ਮਿਲਿਆ ਸੀ, ਅਤੇ ਅੱਜ ਗੋਲਡੀ ਜੀ ਨੇ ਭਰਮਾ ਇਕੱਠ ਕੀਤਾ ਆਪਣੇ ਸਾਰੇ ਵਰਕਰ ਸਾਹਿਬਾਨਾਂ ਨਾਲ ਆ ਕੇ ਕਾਂਗਰਸ ਪਾਰਟੀ ਦੀ ਮਦਦ ਦੀ ਗੱਲ ਕੀਤੀ ਹੈ। ਅੱਜ ਵਿਜੇਂਦਰ ਸਿੰਗਲਾ ਜੀ ਸਾਡੇ ਜਿਹੜੇ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ, ਅੱਜ ਇੱਥੇ ਗੜਸ਼ੰਕਰ ਫੇਰੀ ਦੇ ਦੌਰਾਨ ਅੱਜ ਇੱਥੇ ਵਰਕਰ ਮੀਟਿੰਗ ਜਿਹੜੀ ਹੈਗੀ ਆ ਉਹ ਕੀਤੀ ਹੈ, ਔਰ ਸਾਰੇ ਇਕੱਠੇ ਹੋ ਕੇ ਸਮੂਹ ਇਲਾਕੇ ਤੋਂ ਸਾਰੇ ਵਰਕਰ ਸਾਹਿਬਾਨ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਹੱਥ ਖੜ੍ਹੇ ਕਰਕੇ ਵਿਸ਼ਵਾਸ ਦਿਲਾਇਆ ਕਿ ਉਹ ਇੱਥੇ ਵੋਟਾਂ ਪਾ ਕੇ ਉਹਦੇ ਨਾਲ ਨਾਲ ਆਪਣੇ ਪਿਆਰ ਸਦਕਾ ਉਹਨਾਂ ਨੂੰ ਉੱਥੋਂ ਜਿਤਾ ਕੇ ਭੇਜਣਗੇ, ਔਰ ਜਿਸ ਤਰੀਕੇ ਦੇ ਨਾਲ ਸੰਗਰੂਰ ਜਾਂ ਸਾਰੇ ਪੰਜਾਬ 'ਚ ਵਿਜੇਂਦਰ ਸਿੰਗਲੇ ਨੇ ਕੰਮ ਕਾਰ ਕਰਵਾਏ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਹਨਾਂ ਦਾ ਸਾਥ ਦੇਣ ਦਾ ਪ੍ਰਣ ਕੀਤਾ। ਤੁਸੀਂ ਦੇਖਿਆ ਹੀ ਹੈ ਸਾਰਿਆਂ ਨੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਸਾਰੇ ਇਲਾਕੇ ਨੇ ਖਿੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ, ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਲਾਇਆ ਇਸ ਗੱਲ ਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਕਾਂਗਰਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ।